ਨੀਅਤ ਸਾਫ ਹੋਵੇ ਤਾਂ ਹਰ ਕੰਮ ਨੂੰ ਚਾਰ ਚੰਨ ਲੱਗਦੇ। ਜਨੂੰਨ ਸਿਰ ਚੜਿਆ ਜਿਨ੍ਹਾਂ ਦੇ, ਉਹ ਹਾਲਾਤਾਂ ਅੱਗੇ ਨਹੀਂ ਥੱਕਦੇ। ਇਹ ਪਿੰਡ ਹਰਦਾਨ ਜਿਸ ਦੇ ਚਰਚੇ ਬੜੇ ਉੱਠਦੇ ਨੇ, ਪਿੰਡ ਦੇ ਸਰਪੰਚ ਸਾਹਿਬ ਘੱਟ ਗਰਾਂਟਾਂ ਵਾਲਾ ਬਹਾਨਾ ਨਹੀਂ ਚੁੱਕਦੇ ਨੇ। ਸਰਪੰਚ ਸਾਹਿਬ ਕਹਿੰਦੇ ਨੇ ਕਿ ਰਾਤ ਨੂੰ ਕੀੜੀ ਨਜ਼ਰ ਆ ਜਾਂਦੀ ਹੈ, ਸਟਰੀਟ ਲਾਈਟਾਂ ਦੀ ਰੌਸ਼ਨੀ ਜਦੋਂ ਹਨੇਰੇ 'ਚ ਜਗਮਗ ਕਰਵਾਉਂਦੀ ਹੈ। ਛੋਟੇ ਛੋਟੇ ਸਪੀਕਰ ਗਲੀਆਂ 'ਚ ਨਜ਼ਰ ਤੁਹਾਨੂੰ ਆਉਣਗੇ, ਸਪੀਕਰਾਂ ਦੇ ਰਾਹੀਂ ਗੁਰਬਾਣੀ ਦੇ ਬੋਲ ਸਿਖਾਏ ਜਾਣਗੇ। ਟੋਇਆ ਇੱਕ ਨਾ ਲੱਭੇਗਾ ਪਿੰਡ ਦੀਆਂ ਸੜਕਾਂ ਨਜ਼ਾਰੇਦਾਰ। ਪਿੰਡ ਦੇ ਸਰਪੰਚ ਦੀ ਮਿਹਨਤ ਬੜੀ ਹੈ ਅਸਰਦਾਰ। ਜ਼ਿਆਦਾਤਰ ਖਬਰਾਂ ਦੱਸਦੀਆਂ ਨੇ ਪਿੰਡ ਦੇ ਨਾਜ਼ੁਕ ਹਾਲਾਤਾਂ ਦੇ ਬਾਰੇ। ਕੋਈ ਸੜਕ ਟੁੱਟੀ ਦੀ ਗੱਲ ਕਰਦਾ ਤੇ ਕੋਈ ਸਰਪੰਚ ਦੀ ਅਣਗਹਿਲੀਆਂ ਦੀ ਸ਼ਿਕਾਇਤ ਕਰਦਾ। ਪਰ ਇਹ ਖਬਰ ਬਿਆਨ ਕਰੇਗੀ ਬਟਾਲਾ ਦੇ ਨੇੜੇ ਪੈਂਦੇ ਪਿੰਡ ਹਰਦਾਨ ਦੀ ਅਤੇ ਇਸ ਪਿੰਡ ਦੇ ਜਨੂੰਨੀ ਸਰਪੰਚ ਦੀ ਕਹਾਣੀ, ਜਿਸ ਦੇ ਨਜ਼ਰੀਏ ਨੇ ਇਸ ਪਿੰਡ ਨੂੰ ਇੱਕ ਵੱਖਰਾ ਰੰਗ ਦਿੱਤਾ। ਸਰਪੰਚ ਸਾਹਿਬ ਦਾ ਨਾਮ ਹੈ ਗੁਰਦੀਪ ਸਿੰਘ ਬਾਜਵਾ। ਬਾਜਵਾ ਸਾਹਿਬ ਨੇ ਪਿੰਡ ਦੇ ਵਿੱਚ ਲੱਗੇ ਖੰਬਿਆਂ 'ਤੇ ਸਪੀਕਰ ਲਗਵਾਏ ਹਨ। ਸਪੀਕਰਾਂ ਦੀ ਖਾਸ ਗੱਲ ਹੈ ਕਿ ਇਹਨਾਂ 'ਤੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਪ੍ਰਸਾਰਣ ਵੀ ਹੁੰਦਾ। ਸਪੀਕਰਾਂ 'ਚੋਂ ਨਿਕਲੀ ਮੱਧਮ ਮੱਧਮ ਆਵਾਜ਼ ਲੋਕਾਂ ਦੀਆਂ ਰੂਹਾਂ ਨੂੰ ਸਿੱਧਾ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਜੋੜਦੀਆਂ ਹਨ। ਇਹਨਾਂ ਸਪੀਕਰਾਂ 'ਤੇ ਕੁੱਲ 50,000 ਰੁਪਏ ਦਾ ਖਰਚਾ ਆਇਆ। ਇਸ ਤੋਂ ਇਲਾਵਾ ਖੰਬਿਆਂ 'ਤੇ ਲੱਗੇ ਬੋਰਡ ਸਮਾਜ ਨੂੰ ਇੱਕ ਸੁਚੱਜਾ ਵਿਚਾਰ ਵੀ ਦਿੰਦੇ ਹਨ। ਖੈਰ, ਸਰਪੰਚ ਸਾਹਿਬ ਨੂੰ ਆਪਣੇ ਪਿੰਡ ਨਾਲ ਕਿਉਂ ਇੰਨਾ ਲਗਾਵ ਹੈ, ਉਹਨਾਂ ਕੋਲੋਂ ਖੁਦ ਹੀ ਜਾਣ ਲੈਂਦੇ ਹਾਂ। ਜਦ ਵੀ ਸਰਕਾਰਾਂ ਬਣਦੀਆਂ ਹਨ ਤਾਂ ਪਿੰਡਾਂ ਦੇ ਨੁਮਾਇੰਦਿਆਂ ਦੀ ਸਭ ਤੋਂ ਅਹਿਮ ਮੰਗਾਂ ਰਹਿੰਦੀਆਂ ਹਨ ਕਿ ਪਿੰਡਾਂ ਦੀਆਂ ਗਲੀਆਂ, ਸੜਕਾਂ ਅਤੇ ਨਾਲੀਆਂ ਦਾ ਵਿਕਾਸ ਕਰਵਾਇਆ ਜਾਏ। ਪਰ ਬਟਾਲਾ ਦਾ ਇੱਕ ਨਜ਼ਦੀਕੀ ਪਿੰਡ ਹਰਦਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠਦਾ ਹੋਇਆ ਘੱਟ ਗ੍ਰਾਂਟਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਪਿੰਡ ਨੂੰ ਰੂਹਾਨੀਅਤ ਨਾਲ ਜੋੜਦਾ ਵੀ ਦਿਖਾਈ ਦੇ ਰਿਹਾ ਹੈ। ਗੱਲ ਕਰਾਂਗੇ ਹਰਦਾਨ ਪਿੰਡ ਦੀ ਤਾਂ ਹਰਦਾਨ ਪਿੰਡ ਦੇ ਵਿੱਚ ਜਿੱਥੇ ਨਵੀਂ ਬਣੀ ਪੰਚਾਇਤ ਦੇ ਵੱਲੋਂ ਨੌਜਵਾਨ ਸਰਪੰਚ ਦੇ ਵੱਲੋਂ ਜਿੱਥੇ ਵਿਕਾਸ ਕਰਵਾਇਆ ਗਿਆ ਹੈ ਉੱਥੇ ਨਾਲ ਹੀ ਪਿੰਡ ਦੇ ਹਰ ਗਲੀ ਹਰ ਨੁੱਕੜ ਦੇ ਉੱਤੇ ਵਧੀਆ ਸਪੀਕਰ ਲਗਾਏ ਗਏ ਹਨ ਜਿਨ੍ਹਾਂ ਦੇ ਵਿੱਚ ਪਿੰਡ ਵਾਸੀਆਂ ਨੂੰ ਰੂਹਾਨੀਅਤ ਦੇ ਨਾਲ ਜੋੜਨ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਜਿਹੜੀ ਆ ਉਹ ਨਿਰੰਤਰ ਇੱਥੇ ਸੁਣਾਈ ਦਿੰਦੀ ਹੈ ਪਿੰਡ ਦੇ ਵਿੱਚ। ਤਾਂ ਪਿੰਡ ਦੇ ਸਰਪੰਚ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਚੱਲ ਕੇ ਗੱਲ ਕਰਦੇ ਹਾਂ ਕਿ ਕਿਵੇਂ ਇਹ ਉਹਨਾਂ ਦੇ ਧਿਆਨ ਆਇਆ ਕਿ ਇਸ ਤਰੀਕੇ ਦਾ ਜਿਹੜਾ ਇਹ ਕੰਮ ਜ਼ਰੂਰੀ ਹੈ ਪਿੰਡ ਦੇ ਵਾਸਤੇ। ਪੰਚਾਇਤ ਬਣੀ ਹੈ, ਪਹਿਲਾ ਕੰਮ ਜਿਹੜਾ ਸਭ ਤੋਂ ਵਧੀਆ ਪਿੰਡ ਦੇ ਵਿੱਚ ਦਿਖਿਆ ਦੇਖਣ ਨੂੰ ਮਿਲਿਆ ਕਿ ਗੁਰਬਾਣੀ ਦੇ ਨਾਲ ਪਿੰਡ ਦੇ ਵਾਸੀਆਂ ਨੂੰ ਜੋੜਿਆ ਜਾ ਰਿਹਾ। ਕਿਵੇਂ ਇਹ ਸੋਚ ਆਈ ਅਤੇ ਕੀ ਮੰਚ ਆਇਆ ਸੀ ਜਦ ਸਰਪੰਚ ਬਣਨ ਦੀ ਚਾਹਤ ਬਣੀ ਅਤੇ ਸਰਪੰਚ ਬਣੇ ਅਤੇ ਉਸ ਤੋਂ ਬਾਅਦ ਕੀ ਮੰਚ ਸੋਚਿਆ ਸੀ? ਇਹ ਜੀ, ਸਰਪੰਚ ਬਣਨ ਤੋਂ ਬਾਅਦ ਆਪਾਂ ਇਹ ਮਨ 'ਚ ਵਿਚਾਰ ਆਈ ਵੀ ਇੱਕ ਤਾਂ ਰੂਹਾਨੀਅਤ ਸਭ ਤੋਂ ਸਾਡਾ ਵੱਡਾ ਧਰਮ, ਸਿੱਖ ਧਰਮ ਦਾ ਕੰਮ ਹੀ ਆ ਵੀ ਗੁਰਬਾਣੀ ਨਾਲ ਜੁੜਨਾ। ਅਤੇ ਗੁਰਬਾਣੀ ਨਾਲ ਜੁੜਨ ਕਰਕੇ ਸਾਡਾ ਪਿੰਡ ਬਹੁਤ ਛੋਟਾ ਪਿੰਡ ਹੈ ਔਰ ਬਹੁਤ ਵਧੀਆ ਲੋਕ ਨੇ, ਅਤੇ ਆਪਾਂ ਸੋਚੀ ਵੀ ਆਪਾਂ ਇਹ ਦੁਆਲੇ ਸਪੀਕਰ ਲਾ ਕੇ ਅਤੇ ਹਰ ਬੰਦਾ ਆਪਣੇ ਕੰਨਾਂ 'ਚ ਕੋਈ ਬੈਠ ਕੇ ਜਾਂ ਮੋਬਾਈਲ ਲੈ ਕੇ ਬੱਚਾ ਬੈਂਦਾ ਮੋਬਾਈਲ ਲੈ ਕੇ ਨਾ ਪਵੇ ਅਤੇ ਆਪਾਂ ਕੁਰਸੀਆਂ 'ਤੇ ਬਹਿ ਕੇ ਅਤੇ ਗੁਰਬਾਣੀ ਦਾ ਮਨੋਹਰ ਕੀਰਤਨ ਸੁਣ ਕੇ ਅਤੇ ਆਪਣਾ ਇਹ ਜਿਹੜਾ ਜਨਮ ਸਫਲ ਕਰੇ ਜੀ। ਕਿੰਨੀ ਕੁ ਗ੍ਰਾਂਟ ਇਸ ਵੇਲੇ ਮਿਲੀ ਹੈ ਅਤੇ ਜੋ ਸਾਨੂੰ ਪਤਾ ਲੱਗਾ ਕਿ ਬਹੁਤ ਘੱਟ ਗ੍ਰਾਂਟ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਵਿਕਾਸ ਜਿਹੜਾ ਉਹ ਕਰਵਾਇਆ ਅਤੇ ਕਿਹੜਾ ਕਿਹੜਾ ਵਿਕਾਸ ਕੰਮ ਇਸ ਤੋਂ ਇਲਾਵਾ ਵੀ ਕੀਤੇ ਪੈਂਦੇ? ਇਹ ਜੀ, ਸਭ ਤੋਂ ਪਹਿਲਾਂ ਆਪਾਂ ਸੀਵਰੇਜ ਦਾ, ਬੂਟਿਆਂ ਦਾ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਸੀਵਰੇਜ ਦਾ ਕੰਮ ਕੀਤਾ। ਕੰਮ ਕਰਨ ਦੀ ਗ੍ਰਾਂਟ ਦੀ ਬਹੁਤ ਜ਼ਿਆਦਾ ਦੀ ਲੋੜ ਨਹੀਂ ਹੁੰਦੀ, ਜੇ ਆਪਣਾ ਚੰਗੇ ਤਰੀਕੇ ਨਾਲ ਕੰਮ ਕੀਤਾ ਜਾਵੇ ਘੱਟ ਗ੍ਰਾਂਟ 'ਚ ਵੀ ਵੱਧ ਕੰਮ ਕੀਤਾ ਜਾ ਸਕਦਾ। ਜਦੋਂ ਆਪਣੇ ਸਰਪੰਚ ਦੇ ਮਨ 'ਚ ਵਿਚਾਰ ਹੋਵੇ ਨਾ ਵੀ ਆਪਾਂ ਕੰਮ ਕਰਨਾ, ਨਾ ਤਾਂ ਆਪਾਂ ਪ੍ਰਸ਼ਾਸਨ ਨੂੰ ਕੋਈ ਪੈਸਾ ਦੇਣਾ ਅਤੇ ਨਾ ਆਪ ਖਾਣਾ, ਫਿਰ ਕੰਮ ਘੱਟ ਪੈਸੇ 'ਚ ਵੀ ਹੋ ਜਾਂਦਾ, ਬਹੁਤ ਵਧੀਆ ਹੋ ਜਾਂਦਾ। ਆਪਾਂ ਸਭ ਤੋਂ ਪਹਿਲਾਂ ਬੂਟਿਆਂ ਦਾ ਕੰਮ ਸ਼ੁਰੂ ਕੀਤਾ, ਬੂਟੇ ਲਾਉਣ ਤਾਂ ਸਰਕਾਰਾਂ ਬੂਟੇ ਵੀ ਲਾਉਂਦੀਆਂ ਆਈਆਂ ਨੇ, ਪਰ ਆਪਾਂ ਇਹਦੇ ਵਾਸਤੇ 2-3 ਬੱਚਿਆਂ ਦਾ ਪ੍ਰਬੰਧ ਕੀਤਾ ਵੀ ਇਹਨਾਂ ਨੂੰ ਲਗਾਤਾਰ ਤੁਸਾਂ ਪਾਣੀ ਪਾਉਣਾ। ਉਹਨਾਂ 1 ਸਾਲ ਲਗਾਤਾਰ ਪਾਣੀ ਪਾ ਕੇ ਬੂਟੇ ਪਾਲੇ ਨੇ। ਉਸ ਤੋਂ ਉਪਰੰਤ ਆਪਾਂ ਸੀਵਰੇਜ ਦਾ, ਪਿੰਡ ਦਾ ਪਾਣੀ ਜਿਹੜਾ ਸੀ ਛੱਪੜ ਦੇ ਵਿੱਚ, ਉਹ ਲੋਕਾਂ ਦੀਆਂ ਪੈਲੀਆਂ ਜਿਹੜੀਆਂ ਸਨ ਉਹ ਖਰਾਬ ਹੁੰਦੀਆਂ ਸਨ, 1-2 ਕਿੱਲੇ ਖਰਾਬ ਹੋ ਜਾਂਦੀ ਸੀ, ਉਹ ਆਪਾਂ ਕੱਢ ਕੇ ਅਤੇ ਨਾਲੀ 'ਚ ਕੱਢਿਆ। ਉਸ ਤੋਂ ਬਾਅਦ ਆਪਾਂ ਕੋਈ ਸੋਲਰ ਲਾਈਟਾਂ ਲਗਾਈਆਂ ਨੇ ਪਿੰਡ ਦੇ ਦੁਆਲੇ, ਉਹ ਆਪਾਂ ਇੱਕ ਪ੍ਰੋਜੈਕਟ ਇੱਕ ਥਾਂ ਲਾ ਕੇ 5.5 ਕਿਲੋਵਾਟ ਦਾ, ਅਤੇ ਉਹ ਬਹੁਤ ਵਧੀਆ ਰਾਤ ਨੂੰ ਸਾਡੇ ਕੀੜੀ ਤੁਰੀ ਜਾਨੀ ਨਜ਼ਰ ਆਉਂਦੀ ਹੈ ਜੀ ਪਿੰਡ ਦੇ ਵਿੱਚ। ਸੋਲਰ ਲਾਈਟਾਂ ਦੀ ਤੁਸੀਂ ਗੱਲ ਕੀਤੀ ਹੈ, ਸੋਲਰ ਲਾਈਟਾਂ ਦੇ ਨਾਲ ਮੈਂ ਹਰ ਜਗ੍ਹਾ 'ਤੇ ਦੇਖਿਆ ਕਿ ਸੋਲਰ ਲਾਈਟ ਦੇ ਖੰਭੇ ਦੇ ਨਾਲ ਤੁਸੀਂ ਇੱਕ ਸਮਾਜਿਕ ਸੰਦੇਸ਼ ਦੇ ਬੋਰਡ ਵੀ ਲਗਾਏ ਹੋਏ ਆ, ਕੀ ਕੁਛ ਲਿਖਿਆ ਹੋਇਆ ਅਤੇ ਕਿਸ ਤਰ੍ਹਾਂ ਇਹ ਮਨ 'ਚ ਆਇਆ ਕਿ ਇਸ ਤਰ੍ਹਾਂ ਦੇ ਸੰਦੇਸ਼ ਵੀ ਲਗਾਉਣੇ ਚਾਹੀਦੇ? ਇਹ ਜੀ, ਸੰਦੇਸ਼ ਲਾਉਣ ਦਾ ਤਾਰਨਾ ਵੀ ਜੋ ਆਪਣੇ ਬੱਚੇ ਤਾਂ ਹੁਣ ਹਰ ਘਰ 'ਚ ਪੜ੍ਹਿਆ ਲਿਖਿਆ, ਉਹ ਜੋ ਵੀ ਇਹਨੂੰ ਪੜ੍ਹੇਗਾ ਅਤੇ ਆਪਣੇ ਮਨ 'ਚ ਕਦੀ ਨਾ ਕਦੀ ਉਹਦੇ ਮਨ 'ਚ ਇਹ ਗੱਲ ਆਵੇਗੀ ਵੀ ਆਪਾਂ ਜੇ ਲਿਖਿਆ ਤਾਂ ਆਪਾਂ ਇਹਦੀ ਸੇਧ ਲੈ ਕੇ ਵੀ ਚੱਲਣਾ ਜੀ। ਲੋਕਾਂ ਨੂੰ ਕਹਿਣਾ ਚਾਹੋਗੇ, ਦੂਸਰੀਆਂ ਪੰਚਾਇਤਾਂ ਨੂੰ ਕੀ ਕਹਿਣਾ? ਦੂਸਰੀਆਂ ਪੰਚਾਇਤਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਵੀ ਗੁਰੂ ਸਾਹਿਬ ਨੇ ਤੁਹਾਨੂੰ ਇੱਕ 5 ਸਾਲ ਲਈ ਮੌਕਾ ਦਿੱਤਾ, ਉਹ 5 ਸਾਲ ਸੰਭਾਲ ਲਓ, ਤੁਹਾਡੀ ਜ਼ਿੰਦਗੀ ਭਰ ਦੀ ਇਹ ਕਮਾਈ ਹੈ,
ਜੇ ਇਹਨੂੰ ਸੰਭਾਲੋਗੇ ਜ਼ਿੰਦਗੀ ਭਰ ਤੁਹਾਨੂੰ ਲੋਕ ਯਾਦ ਕਰਨਗੇ ਵੀ ਕਿਸੇ ਨੇ ਚੰਗਾ ਕੋਈ ਆਇਆ ਸੀ ਕੋਈ ਚੰਗਾ ਕੰਮ ਕਿਹਨੇ ਕੀਤਾ। ਵਧੀਆ ਕੰਮ ਕਰੋ, ਪੰਚਾਇਤ ਦਾ ਦਿੱਤਾ ਹੋਇਆ ਫੰਡ ਤਰੀਕੇ ਸਿਰ ਜਿੱਥੇ ਲੱਗਣ ਦੀ ਲੱਗਣ ਯੋਗ ਹੈ ਉੱਥੇ ਲਾਓ ਜੀ। ਜਦੋਂ ਤੁਰੇਗੀ ਗੱਲ ਪਿੰਡ ਹਰਦਾਨ ਦੀ, ਸਰਪੰਚ ਸਾਹਿਬ ਦਾ ਜ਼ਿਕਰ ਵੀ ਚੱਲੇਗਾ। ਮਿਸਾਲ ਕਾਇਮ ਕੀਤੀ ਇਸ ਪਿੰਡ ਨੇ, ਜਨੂੰਨ ਦਾ ਕਿੱਸਾ ਫਿਰ ਛਿੜੇਗਾ। ਬਟਾਲਾ ਤੋਂ ਸਾਡੇ ਰਿਪੋਰਟਰ ਭੋਪਾਲ ਸਿੰਘ ਦੀ ਰਿਪੋਰਟ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ